ਗੌੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲਵਿਖ ਦਾਹਨ ਹਾਰ। ਹੁਣ ਸਤਿਗੁਰੂ ਮਹਾਰਾਜ ਅੱਗੇ ਫਰਮਾਉਂਦੇ ਨੇ ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਗੌੜੀ ਦੀ ਤੀਸਰੀ ਜਾਤੀ ਉਚਾਰਨ ਕੀਤੀ ਹੈ। ਇੱਥੇ ਥੱਲੇ ਛੋਟਾ ਜਿਹਾ ਤਿੰਨ ਲਿਖਿਆ ਹੈ ਸਲੋਕ ਉਚਾਰਨ ਕਰਦੇ ਨੇ ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਮਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਾਂ ਤਿੰਨ ਕਿਲ ਬਿਖ ਦਾਹਨ ਹਾਰ। ਜੋ ਅਸੰਖ ਹੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਣਗਿਣਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਉਸ ਉੱਤੋਂ ਵਾਰ ਵਾਰ ਬਲਿਹਾਰ ਜਾਣਾ ਕਰ। ਮਹਾਰਾਜ ਫਰਮਾਉਂਦੇ ਨੇ ਇਹ ਮਨ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਜੋ ਪਾਵਕੋ ਹੁੰਦਾ ਅਗਨੀ, ਅਗਨੀ ਰੂਪ ਹੋ ਕੇ ਕਿਲ ਬਿਖ ਹੁੰਦਾ ਪਾਪਾਂ ਰੂਪੀ ਤਿੰਨ ਹੁੰਦਾ ਘਾਹ ਨੂੰ ਸਾੜਨ ਵਾਲਾ ਹੈ। ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ। ਇਹ ਮੇਰੇ ਮਨ ਤੂੰ ਪਰਮਾਤਮਾ ਦੇ ਅਲੱਗ ਅਲੱਗ ਨਾਮ ਲੈ ਕੇ ਉਹਦਾ ਪਰਮਾਤਮਾ ਦੀ ਜੋ ਉਸਤਤ ਕਰਿਆ ਕਰ। ਇਹ ਸਾਰੇ ਉਹਦੇ ਨਾਮ ਹੀ ਨੇ, ਤੂੰ ਰਾਮ ਕਹਿ, ਤੂੰ ਨਾਰਾਇਣ ਕਹਿ, ਤੂੰ ਗੋਬਿੰਦ ਕਹਿ, ਤੂੰ ਹਰੀ ਕਹਿ, ਤੂੰ ਮਾਧੋ ਕਹਿ, ਇਤਿਆਦਿਕ ਇਹ ਨਾਮਾਂ ਨੂੰ ਜਪਣਾ ਕਰ। ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ। ਧਿਆਏ ਮਨਾ ਮੁਰਾਰ ਮੁਕੰਦੇ ਕੱਟੀਐ ਕਾਲ ਦੁੱਖ ਫਾਧੋ। ਇਹ ਮਨ ਤੂੰ ਮੁਕੰਦੇ ਜਪਿਆ ਕਰ। ਮੁਕੰਦੇ ਹੁੰਦਾ ਮੁਕਤੀ ਦਾ ਦਾਤਾ, ਮੁਕਤੀ ਦੇ ਦਾਤੇ ਮੁਰਾਰੀ ਨੂੰ ਧਿਆਉਣਾ ਕਰ। ਮੁਰ ਆਰੀ, ਮੁਰ ਦੈਂਤ ਨੂੰ ਆਰੀ ਹੁੰਦਾ ਜੋ ਕੱਟਣ ਵਾਲਾ ਪਰਮਾਤਮਾ, ਤਾਂ ਦੁੱਖਦਾਈ ਕਾਲ ਦੀ ਜੋ ਫਾਧੋ ਹੈ ਫਾਹੀ ਹੈ ਉਹ ਕੱਟੀ ਜਾਵੇਗੀ। ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਕਿੰਨੇ ਹੀ ਨਾਮ ਲਏ ਨੇ ਕਿ ਇਹ ਸਾਰੇ ਉਹਦੇ ਆਪਣੇ ਨਾਮ ਨੇ। ਜਦੋਂ ਕਿਰਤਮ ਕਰਮ ਕਰਦਾ ਤਾਂ ਉਹਦੇ ਨਾਮ ਪੈ ਜਾਂਦੇ ਨੇ। ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਨਹੀਂ ਕੀਤਾ, ਸੁਣਿਆ ਵੀ ਨਹੀਂ ਪਾਠ, ਕਥਾ ਨਹੀਂ ਸੁਣੀ ਹੁੰਦੀ, ਅਤੇ ਉਹਨਾਂ ਕੋਲ ਇਹੋ ਜਿਹੇ ਨਾਂ ਲੈ ਦਈਏ ਰਾਮ ਨਾਰਾਇਣ ਗੋਬਿੰਦ ਮਾਧੋ ਮੁਰਾਰ ਮੁਕੰਦੇ, ਉਹ ਹੁੰਦੇ ਤਾਂ ਵਿਚਾਰੇ ਅਣਜਾਣ ਨੇ, ਦਿਖਾਵਾ ਤਾਂ ਕਰਦੇ ਸਿੱਖੀ ਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਮਹਾਰਾਜ ਵਿੱਚ ਲਿਖੇ ਵੀ ਹੋਏ ਨੇ। ਇਹ ਗੱਲ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੈਗਾ। ਇੰਨੇ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਅਕਾਲ ਪੁਰਖ ਦੇ, ਹੈ ਸਾਰੇ ਉਹਦੇ ਹੀ ਨਾਮ ਨੇ। ਦੁੱਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਅਰਾਧੀ ਹੈ। ਜੋ ਦੀਨ ਮਨ ਹੋ ਕੇ ਸ਼ਰਨ ਵਿੱਚ ਆਏ ਨੇ ਉਹਨਾਂ ਦੇ ਦੁੱਖ ਨਾਸ ਕਰਨ ਵਾਲਾ ਹੈ। ਅਤੇ ਸ੍ਰੀ ਧਰ, ਸ੍ਰੀ ਹੁੰਦੀ ਮਾਇਆ, ਧਰ ਹੁੰਦਾ ਆਸਰਾ, ਮਾਇਆ ਦਾ ਆਸਰਾ ਹੈ ਉਹ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਅਰਾਧਨਾ ਕਰੋ। ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀ ਹੈ। ਜਮਾਂ ਦਾ ਰਸਤਾ ਬੜਾ ਕਠਿਨ ਹੈ, ਉਹ ਰਸਤੇ ਵਿੱਚ ਅੱਗ ਦਾ ਸਮੁੰਦਰ ਹੈ। ਇਹ ਬਚਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਤੋ ਇਸ ਕਰਕੇ ਅੱਗ ਹੈ ਤੇ ਸਾਗਰ, ਸਾਗਰ ਹੁੰਦਾ ਤਾਂ ਵੈਤਰਨੀ ਨਦੀ ਹੁੰਦੀ ਰਸਤੇ ਵਿੱਚ, ਜਿਹੜੀ ਮਿੱਝ ਤੇ ਪਾਕ ਦੀ ਵਗਦੀ, ਵੱਡੇ ਵੱਡੇ ਜਾਨਵਰ ਹੁੰਦੇ ਨੇ, ਸੂਖਮ ਸਰੀਰ ਨੂੰ ਉਹਦੇ ਵਿੱਚ ਦੀ ਖਿੱਚ ਕੇ ਲਿਜਾਇਆ ਜਾਂਦਾ ਪਾਪੀਆਂ ਨੂੰ, ਜਿਹੜੇ ਇੱਥੇ ਬਹੁਤ ਡੀਂਗਾਂ ਜਿਹੀਆਂ ਮਾਰਦੇ ਉਹਨਾਂ ਨੂੰ ਅੱਗੇ ਜਾ ਕੇ ਫਿਰ ਇਹ ਤਕਲੀਫਾਂ ਝੱਲਣੀਆਂ ਪੈਂਦੀਆਂ ਨੇ। ਜਿਹੜੇ ਉਈ ਮਖੌਲ ਜੇ ਕਰੀ ਜਾਂਦੇ ਰਹਿੰਦੇ ਨੇ, ਜਾਂ ਤਰਕਵਾਦੀ ਲੋਕ ਹੁੰਦੇ ਨੇ, ਨਿੰਦਕ ਹੁੰਦੇ ਨੇ, ਉਹਨਾਂ ਲਈ ਸਾਰਾ ਕੁਛ ਇਹ ਬਣਾਇਆ ਹੀ ਹੋਇਆ ਪਹਿਲਾਂ। ਜਮ ਪੰਥ ਬਿਖੜਾ ਅਗਨ ਸਾਗਰ, ਇਹ ਬੜਾ ਭੈੜਾ ਥਾਂ ਹੈ, ਪਰ ਇਹ ਜੇ ਬਚਣਾ ਨਿਮਖ ਸਿਮਰਤ ਸਾਧੀ ਹੈ। ਮਹਾਰਾਜ ਕਹਿੰਦੇ ਨਿਮਖ ਨਿਮਖ ਕਾਲ ਵਾਹਿਗੁਰੂ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਰਸਤੇ ਨੂੰ ਸਾਧਨਾ ਕਰੋ, ਨਿਵਿਰਤ ਕਰ ਲਓ। ਨਾਮ ਤਾਂਹੀਓ ਜਪਾਈਦਾ, ਇੱਥੇ ਤਾਂ ਸਰੀ ਜਾਂਦਾ ਜਿੰਨਾ ਕੁ ਵੀ ਸਰਦਾ, ਪਰਾਲਬਧ ਬਣੀ ਹੋਈ ਹੈ, ਪਰ ਜਦੋਂ ਅੱਗੇ ਪਰਲੋਕ ਨੂੰ ਜਾਣਾ ਉੱਥੇ ਨਾ ਸਰਨਾ। ਫਿਰ ਮਹਾਰਾਜ ਕਹਿੰਦੇ ਉੱਥੇ ਬਹੁਤ ਭੈੜੇ ਰਸਤੇ ਨੇ ਜਿੱਥੋਂ ਲੈ ਕੇ ਜਾਣਾ ਉਹਨਾਂ ਨੇ। ਨਾਮ ਨਾ ਜਪਣ ਕਰਕੇ ਤਕਲੀਫ ਖੜੀ ਹੋ ਜਾਂਦੀ ਹੈ।
काल मलह दहता शुद्ध करता दिन सरैण आराधो। फिर महाराज बार बार कहते ने जो कलयुग के कल मलह पापा नूं दहता हुंदा साड़न वाला अते मन नूं शुद्ध करन वाला है। दिन रात उहदे नाम की आराधना करिया करो। बिनवंत नानक करो कृपा गोपाल गोबिंद माधो। महाराज जी कथन करदे ने ओं बेनती करो हे मायापति गोपाल गोबिंद मेरे उपर कृपा दृष्टि करो जी। मैं ऐदा नाम नहीं जप सकता, तुहाडी मेहर होवे तां मैं नाम जप सकदा। सो आपां नूं इह बेनतियां करनियां पैणियां ने नाम लैण वास्ते वी। सिमर मना दामोदर दुख हर पै भंजन हर राया। हे मेरे मन जो दमोदर वाहिगुरु दुखां दे नाश करन वाला है अते जमा दा डर भी जिहड़ा है उहनूं भंजन खत्म करन वाला भन्नण वाला। महाराज कहें तू उस हरी राजे नूं सिमर ना कर। श्री रंगो दयाल मनोहर भगत वच्छल बिरदाया। श्री रंगो हुंदा लक्ष्मी नूं आनंद देण वाला जो दयालु है। मनोहर हुंदा सुंदर मनोहर मन नूं हर लैण वाला मन दे हरने वाला जो खिंचण वाला अपने वल नूं। अते भगतां दा प्यारा जिसका धर्म है उहनूं सिमर ना कर। महाराज सच्चे पातशाह फरमाउंदे ने तो भगत वच्छल पुरख पूर्ण मन है चिंदिया पाई है। भगतां दा प्यारा जो पूर्ण पुरख है उहदा सिमरन करके मन इच्छित फल पाउणा करो। दरवाजा लाई तम अंध कूप ते उधार है नाम मन वसाई है। तम हुंदा अतशय करके अतशय हुंदा विशेष करके अन्ने खूह संसार तों जो उधारदा है उस नाम नूं मन विच वसाउणा करो। सुर सिद्ध गण गंधर्व मौन जन गुण अनके भगती गाया। देवत्यां सिद्धां देवते 33 करोड़ हो गए 84 सिद्ध हो गए। गाण हो गए टौणा ते छौणा गंधर्व हो गए हाहा हू हू। कोई कहे भी ये कित्थों लए नाम हाहा हू हू। जे सहज पाठ किया हो तो पता लग जाए गुरु ग्रंथ साहिब च लिखिया होया हाहा हू हू। गंधर्वां दे नाम गुरु ग्रंथ साहिब च लिखे हुए ने। मुनि जन जिहड़े ने मन मन प्रणाम गुण गण मुदाम अते अनेकां ही भगतां ने जिस दे गुणां नूं गाउणा कीता है। बिनवंत नानक करो कृपा पार ब्रह्म हर राया। महाराज कहिंदे ने हे मन तूं ऐउं बेनती करके हे हरी राया पार ब्रह्म आप साडे ते कृपा करो जो तेरा नाम जपीए। चेत मना पार ब्रह्म परमेश्वर सर्ब कला जिन धारी। हे मनो परमेश्वर जो पार ब्रह्म है ना उहनूं याद कर जिने अपनी कला शक्ति सारी सृष्टि विच धारी होई है। करुणा मैं समर्थ स्वामी घट घट प्राण आधारी। जो कृपा स्वरूप है ते समर्थ स्वामी है ते घट घट दे प्राणा दा आधारी हुंदा आसरा है। प्राण मन तन जी दाता बेअंत अगम अपारो। जो बेअंत प्रभु वाहिगुरु हर एक जीव नूं प्राण अते मन तन दे दाता देण वाला ते अगम शास्त्रां करके अपारो बेअंत है। सरण जोग समर्थ मोहन सर्ब दोख बिदारो। जो शरणाया दी रक्षा करन वाला है रक्षा करन योग है वो मोहन सर्ब कला समर्थ है वाहिगुरु ते सारे दुखां नूं बिदारो हुंदा है नाश करन वाला है। अरोग सोग सब दोख बिनस है जपत नाम मुरारी। जिस मुरारी दे नाम जपण करके सारे रोग सोग अते दोख नाश हो जांदे ने। जदों कृष्ण जी ने मुरदैंत नूं मारिया सी उदों मुरारी नाम पैण करके ये नाम सीधा परमेश्वर दा ही बन जांदा अपना ही क्योंकि उहनां दे हुक्म विच ही जो होया सारा कुछ जोत उहनां दी कर्म करदी उहदे हुक्म विच ही सारा हुंदा नारायण दे हुक्म विच ही अकाल पुरख दे। इस करके सीधा नाम परमेश्वर दा ही पै जांदा। बिनवंत नानक करो कृपा समर्थ सब कल धारी।
ਸਤਿਗੁਰੂ ਉਚਾਰਦ ਨੇ ਹੇ ਮਨ ਉਹਦੇ ਅੱਗੇ ਓਂ ਬੇਨਤੀ ਕਰ ਹੇ ਸਮਰੱਥ ਸਭ ਸ਼ਕਤੀ ਦੇ ਧਾਰਨ ਵਾਲੇ ਵਾਹਿਗੁਰੂ ਆਪ ਮੇਰੇ ਉੱਤੇ ਵੀ ਕਿਰਪਾ ਕਰੋ ਜੀ। ਗੁਣ ਗਾਓ ਮਨਾ ਅਚੁੱਤ ਅਵਿਨਾਸੀ ਸਭ ਤੇ ਊਚ ਦਇਆਲਾ। ਕਹਿੰਦੇ ਹੇ ਮਨ ਅਚੁੱਤ ਜੋ ਪਰਮਾਤਮਾ ਅਗਿੜ ਜਿਹੜਾ ਨਹੀਂ ਡਿੱਗਦਾ ਅਗਿੜ ਅਵਿਨਾਸੀ ਦੇ ਗੁਣ ਗਾਉਣਾ ਕਰ ਉਹ ਦਿਆਲੂ ਸਭ ਤੋਂ ਉੱਚਾ ਹੈ। ਬਿਸਵੰਭਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ। ਸੰਸਾਰ ਦੇ ਭਰਨੇ ਨੂੰ ਅਤੇ ਸਾਰਿਆਂ ਦੇ ਦੇਵਨ ਨੂੰ ਇੱਕ ਵਾਹਿਗੁਰੂ ਹੀ ਸਮਰੱਥ ਹੈ ਅਤੇ ਸਾਰਿਆਂ ਦੀ ਵੱਖੋ ਵੱਖ ਪਾਲਣਾ ਕਰਦਾ ਹੈ। ਪ੍ਰਤਪਾਲ ਮਹਾਂਦਿਆਲ ਦਾਨਾ ਦਇਆ ਧਾਰੇ ਸਭ ਕਿਸੈ। ਉਹ ਪ੍ਰਤਪਾਲਾ ਕਰਨ ਵਾਲਾ ਪਰਮੇਸ਼ੁਰ ਮਹਾਂਦਿਆਲੂ ਹੈ, ਦਾਨਾ ਦਨਾਈ ਵਾਲਾ ਅਤੇ ਸਭ ਕਿਸੇ ਉੱਤੇ ਕਿਰਪਾ ਦ੍ਰਿਸ਼ਟੀ ਧਾਰਦਾ ਹੈ। ਕਾਲ ਕੰਟਕ ਲੋਭ ਮੋਹ ਨਾਸੈ ਜੀਏ ਜਾਕੈ ਪ੍ਰਭ ਵਸੈ। ਜਿਹਦੇ ਦਿਲ ਵਿੱਚ ਉਹ ਵਾਹਿਗੁਰੂ ਵੱਸਦਾ ਹੈ ਉਹਦੇ ਕੰਟਕ ਹੁੰਦਾ ਦੁੱਖਦਾਈ, ਕਾਲ, ਲੋਭ, ਮੋਹ ਵਗੈਰਾ ਸਭ ਨੱਸ ਜਾਂਦੇ ਨੇ। ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ। ਜਿਹਦੀ ਸੇਵਾ ਕੀਤੀ ਹੋਈ ਸਫਲ ਹੁੰਦੀ ਆ ਉਹ ਦੇਵ ਪਰਮਾਤਮਾ ਜਦ ਪ੍ਰਸੰਨ ਹੋਇਆ ਤਾਂ ਇਹ ਜੀਵ ਦੀ ਸਾਰੀ ਕਾਲਾ ਹੁੰਦੀ ਕਮਾਈ, ਇਹਦੀ ਕਮਾਈ ਕੀਤੀ ਹੋਈ ਫਿਰ ਸਫਲ ਹੋ ਗਈ। ਬਿਨਵੰਤ ਨਾਨਕ ਇੱਛ ਪੁਨੀ ਜਪਤ ਦੀਨ ਦਇਆਲਾ। ਮਹਾਰਾਜ ਕਥਨ ਕਰਦੇ ਨੇ ਦੀਨ ਦਿਆਲ ਪਰਮਾਤਮਾ ਨੇ ਜਪਣ ਕਰਕੇ ਮੇਰੀ ਜੋ ਇੱਛਾ ਹੈ ਉਹ ਪੂਰੀ ਹੋਈ ਹੈ।